ਪਹਿਲਾਂ ਤਾਂ ਦੋਨੇ ਦਾਅਵਾ ਕਰਦੇ ਸੀ। ਜਸਟਿਨ ਟਰੂਡੋ ਕਹਿੰਦਾ ਮੇਰੀ ਸਰਕਾਰ ਬਣਨੀ ਹੈ, ਸ਼ੀਅਰ ਕਹਿੰਦਾ ਮੇਰੀ ਬਣਨੀ ਹੈ, ਅਤੇ ਮਨਿਓਰਟੀ ਦੀ ਗੱਲ ਕਿੱਥੋਂ ਆ ਗਈ? ਜੇ ਤੁਹਾਡੀਆਂ ਹੀ ਦੋਨਾਂ ਦੀਆਂ ਬਣਨੀਆਂ ਨੇ, ਫਿਰ ਰੌਲਾ ਕਿਹੜੀ ਗੱਲ ਦਾ? ਤਾਂ ਹਾਲਾਂਕਿ ਮੇਰੇ 'ਤੇ ਵਾਰ ਹੁੰਦੇ ਰਹੇ, ਬਈ ਫੋਟੋਆਂ ਮੇਰੀਆਂ ਮਿੰਗੀਆਂ ਟੇਢੀਆਂ। ਇੱਕ ਹੋਰ ਕਹਿੰਦੇ ਆ, ਕਹਿੰਦੇ ਤਾਂ ਡਰਾਈਵਰ ਆ ਜੀ, ਸੋ ਡਰਾਈਵਰਾਂ ਨੂੰ ਬੰਦਾ ਨਹੀਂ ਹੈ ਸਮਝਦੇ। ਮੈਨੂੰ ਤਾਂ ਹਾਈਵੇ 10 ਤੋਂ 88, 120 ਤੋਂ 144, ਇਹਦੇ ਵਿੱਚ ਕੀ ਹੋਇਆ? ਇਹਦੇ ਵਿੱਚ 20 ਵਰਿਆਂ 'ਚ ਕੀ ਹੋਇਆ? ਇੱਥੇ ਮੈਂ ਕੀ ਕਰਨਾ? ਮੇਰਾ ਮੁੱਦਾ ਉਹ ਹੈ, ਵੱਡਿਆਂ ਦੀਆਂ ਗੱਲਾਂ ਵੱਡੇ ਜਾਣਨ, ਮੈਂ ਆਪਣਾ ਕੰਮ ਕਰਨਾ। ਜੇ ਕਹੀਵੇ 15 ਜੁਲਾਈ ਦੇ ਵਿੱਚ ਆਪਾਂ ਨੂੰ 15 ਜੁਲਾਈ ਨੂੰ ਕੋਈ ਨਹੀਂ ਸੀ ਜਾਣਦਾ ਵਿਰੋਧੀਆਂ ਦੇ ਕਹਿਣ ਮੁਤਾਬਕ, ਅੱਜ ਆਪਾਂ ਉੱਥੇ ਖੜ੍ਹੇ ਹਾਂ ਕਿ ਉਹ ਆਪਾਂ ਨੂੰ ਹੁਣ ਜਾਣਦੇ ਆ। ਮੈਂ ਹਲੇ ਵੀ ਨਤੀਜਿਆਂ 'ਤੇ ਨਹੀਂ ਜਾਂਦਾ, ਨਾ ਮੈਂ ਨਤੀਜਿਆਂ ਦਾ ਮੈਨੂੰ ਫਿਕਰ ਆ, ਨਾ ਮੈਂ ਇਹ ਚਾਹੁੰਦਾ ਕਿ ਨੀਵੇਂ ਪੱਧਰ ਦਾ ਕੰਮ ਹੋਵੇ। ਦੋਸਤੋ, ਖਾਸ ਖਬਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਅਸੀਂ ਸਦਾ ਦਿੱਤਾ ਆਪਣੇ ਸਟੂਡੀਓਜ਼ ਦੇ ਵਿੱਚ ਸਦਾ ਹਰਜੀਤ ਸਿੰਘ ਗਿੱਲ, NDP ਦੇ ਸਰੀ ਨਿਊਟਨ ਤੋਂ ਉਮੀਦਵਾਰ। 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਰਾਈਡਿੰਗਸ ਦਿਲਚਸਪੀ ਦਾ ਕੇਂਦਰ ਵੀ ਨੇ, ਧਿਆਨ ਦਾ ਕੇਂਦਰ ਵੀ ਨੇ। ਸਰੀ ਨਿਊਟਨ ਦੀ ਰਾਈਡਿੰਗ ਇੱਕ ਇਹੋ ਜਿਹੀ ਰਾਈਡਿੰਗ ਆ ਜਿੱਥੇ ਸਾਰੇ ਕੈਨੇਡਾ ਦਾ ਧਿਆਨ ਕਿਤੇ ਨਾ ਕਿਤੇ ਲੱਗਿਆ। ਅੱਜ ਉਹ ਸਾਡੇ ਨਾਲ ਨੇ, ਸਰਦਾਰ ਹਰਜੀਤ ਸਿੰਘ ਗਿੱਲ ਹੋਣਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜਸਕਰਨ ਬਾਈ ਜੀ, ਧੰਨਵਾਦ ਫਿਰ ਇੱਕ ਵਾਰ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ ਅਤੇ ਚੈਨਲ ਪੰਜਾਬੀ ਜਿੱਥੇ ਵੀ ਵੇਖ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਚੋਣ ਪ੍ਰਚਾਰ ਦਾ ਪੱਧਰ ਬਹੁਤ ਹੇਠਾਂ ਚੱਲਿਆ ਗਿਆ, ਕਿ ਇੱਕ ਲਿਬਰਲ ਦੇ ਉਮੀਦਵਾਰ ਦੇ ਅਨਸੈਸਟਰਲ ਹੋਮ ਦੀਆਂ ਫੋਟੋਜ਼ ਤੁਹਾਡੇ ਪੇਜਾਂ ਦੇ ਉੱਤੇ ਪੈ ਰਹੀਆਂ ਕਿ ਇਹ ਇਹਨਾਂ ਨੇ ਕਿਸੇ ਤਰ੍ਹਾਂ ਪੈਸੇ ਦੇ ਨਾਲ ਉੱਥੇ ਘਰ ਬਣਾਇਆ, ਇਹ ਗੱਲ ਠੀਕ ਲੱਗਦੀ ਤੁਹਾਨੂੰ? ਬਿਲਕੁਲ ਜੀ, ਇਹ ਇੱਕ ਫੈਨ ਪੇਜ ਆ ਮੇਰਾ, ਜਿਹਦੇ 'ਚ ਮੈਨੂੰ ਚਾਹੁਣ ਵਾਲੇ ਬੰਦਿਆਂ ਨੇ ਉਹ ਪੇਜ ਬਣਾਇਆ ਹੈ। ਮੈਨੂੰ ਜਦੋਂ ਪਤਾ ਲੱਗਾ ਜੀ, ਮੈਂ ਵਿਦ ਇਨ 3 ਮਿੰਟਸ ਉਹ ਫੋਟੋ ਜਿਹੜੀ ਸੀ ਉਹ ਲਹਾਈ, ਕਿਉਂਕਿ ਮੈਂ ਉੱਧਰ ਨੂੰ ਨਹੀਂ ਜਾਣਾ ਚਾਹੁੰਦਾ। ਹਾਲਾਂਕਿ ਮੇਰੇ 'ਤੇ ਵਾਰ ਹੁੰਦੇ ਰਹੇ, ਬਈ ਫੋਟੋਆਂ ਮੇਰੀਆਂ ਮਿੰਗੀਆਂ ਟੇਢੀਆਂ। ਇੱਕ ਹੋਰ ਕਹਿੰਦੇ ਆ, ਕਹਿੰਦੇ ਤਾਂ ਡਰਾਈਵਰ ਆ ਜੀ, ਸੋ ਡਰਾਈਵਰਾਂ ਨੂੰ ਬੰਦਾ ਨਹੀਂ ਹੈ ਸਮਝਦੇ। ਇੱਕ ਪਹਿਲਾਂ ਭਾਈਚਾਰੇ ਦੇ ਵਿੱਚੋਂ ਬੰਦਾ ਲੜਨਾ ਚਾਹੁੰਦਾ ਸੀ ਬੈਂਕਟ ਹਾਲ ਵਾਲਾ, ਉਹਨੂੰ ਕਹਿੰਦੇ ਹਲਵਾਈ ਆ ਇਹ। ਇਹ ਜਿਹੜੀ ਵਰੀਡ ਅਲੀਟਸ ਦੀ ਆਈ ਹੈ ਨਾ ਦੂਨ ਸਕੂਲ 'ਚੋਂ ਪੜ੍ਹ ਕੇ, ਆਪਾਂ ਨੂੰ ਸਭ ਦਾ ਪਤਾ ਹੈ ਇਹ ਕਿਹੜੀਆਂ ਕਹਾਣੀਆਂ। ਆਪਾਂ ਪਿੰਡਾਂ ਦੇ ਹੁੰਦੇ ਹਾਂ, ਪੰਜਾਬ 'ਚ ਸਭ ਪਤਾ ਆਪਾਂ ਕੌਣ ਕਿੱਥੇ ਵੱਸਦਾ। ਮੈਂ ਉਸ ਪੱਧਰ 'ਤੇ ਨਹੀਂ, ਪਿਛਲੇ 1 ਮਹੀਨੇ ਤੋਂ ਫੇਸਬੁੱਕ 'ਤੇ, ਵਟਸਐਪ ਦੇ ਗਰੁੱਪ 'ਤੇ, ਹੁਣ ਤੁਹਾਨੂੰ ਮੈਂ ਦਿਖਾ ਸਕਦਾ ਵੀ ਕਿੰਨੀ ਵਾਰ ਬੇਨਤੀ ਕੀਤੀ ਬਈ ਆਪਾਂ ਆਪਣੇ ਪੱਧਰ ਤੋਂ ਥੱਲੇ ਨਹੀਂ ਜਾਣਾ, ਆਪਣੇ 'ਤੇ ਜਿੰਨਾ ਮਰਜ਼ੀ ਅਟੈਕ ਹੁੰਦਾ ਰਹੇ। ਮੇਰਾ ਇਹ ਸਾਹਮਣੇ ਆ ਸਾਰਾ ਕੁਛ, ਬਈ 8 ਸਤੰਬਰ ਨੂੰ ਸ਼ੁਰੂ ਕੀਤੀ ਕੈਂਪੇਨ, ਅੱਜ ਇਹ ਦਿਨਾਂ 'ਚ 35 ਦਿਨਾਂ 'ਚ ਆਪਾਂ ਕਿੱਥੇ ਬੈਠੇ ਹਾਂ। ਅੱਜ ਸਵੇਰ ਦਾ ਸਰਵੇਖਣ ਹੈ CBC ਦਾ, BC 'ਚ ਅਸੀਂ ਲਿਬਰਲ ਤੋਂ ਉੱਪਰ ਹਾਂ। ਸਰੀ ਨਿਊਟਨ ਦੇ ਕੁਝ ਵੀ ਅੰਕੜੇ ਹੋਣ, ਪਹਿਲਾਂ ਤਾਂ ਇਹ ਅੰਕੜੇ ਇਹ ਸੀ ਵੀ ਜੇਬ 'ਚੋਂ ਚਿੱਠੀ ਕੱਢ ਕੇ ਦਿਖਾਈ ਜਾਂਦੀ ਸੀ ਕਿ ਹਰਜੀਤ ਤਾਂ ਹੈ ਹੀ ਕਿਤੇ ਨਹੀਂ, ਮੈਂ ਅਸੀਂ ਅਤੇ ਹਰਪ੍ਰੀਤ ਹਾਂ। ਹੁਣ ਇਹ ਆ ਵੀ ਉਹ ਵੀ ਵਿੱਚ ਆ। ਮੈਂ ਹਲੇ ਵੀ ਨਤੀਜਿਆਂ 'ਤੇ ਨਹੀਂ ਜਾਂਦਾ, ਨਾ ਮੈਂ ਨਤੀਜਿਆਂ ਦਾ ਮੈਨੂੰ ਫਿਕਰ ਆ, ਨਾ ਮੈਂ ਇਹ ਚਾਹੁੰਦਾ ਕਿ ਨੀਵੇਂ ਪੱਧਰ ਦਾ ਕੰਮ ਹੋਵੇ। ਨੀਵੇਂ ਪੱਧਰ ਦਾ ਤਾਂ ਜਦ ਕੰਮ ਹੁੰਦਾ ਜਦ ਤੁਸੀਂ ਹੋਰਡਿੰਗ ਲਾ ਕੇ ਟਰੱਕਾਂ 'ਤੇ NDP ਦਾ ਲੀਡਰ ਰੈਲੀ ਕਰ ਰਿਹਾ ਅਤੇ ਥੱਲੇ ਤੁਸੀਂ ਗੈਸ ਗਜ਼ਲਰ 8-10 ਲੈ ਕੇ ਅਤੇ ਉੱਪਰ ਫੋਟੋਆਂ ਲਾ ਕੇ ਸੜਕਾਂ 'ਤੇ ਤੁਰੇ ਫਿਰਦੇ ਹੋ, ਉਹ ਆ ਨੀਵੇਂ ਪੱਧਰ ਦੀ। ਨੀਵੇਂ ਪੱਧਰ ਦੀ ਨਾ ਮੈਂ ਉਸ ਗੱਲ ਦੇ ਹੱਕ 'ਚ ਹਾਂ, ਉਸੇ ਸਮੇਂ ਲਹਾਈ ਘਰ ਕੋਈ ਜਿੱਡਾ ਮਰਜ਼ੀ ਪਾ ਲਵੇ, ਚਾਹੇ 10 ਮੰਜ਼ਿਲਾ ਪਾ ਲਵੇ। ਮੈਂ ਇਸ ਗੱਲ ਦਾ ਫੇਰ ਕਹਿਣਾ ਵੀ ਅਨਸੈਸਟਰਲ ਹੋਮ ਉਹ ਨੇ ਜਿਹੜੇ 50 ਵਰੇ ਪਹਿਲਾਂ ਸੀ,
ਜਾ ਕੇ ਵੇਖਿਓ ਪਿੰਡ ਆਪਣੇ 1970 ਦਾ ਬਣਿਆ ਘਰ ਆ, ਉਹਨੂੰ ਐਨਸੈਸਟਰਲ ਹੋਮ ਕਹਿੰਦੇ। ਜੇ ਮੈਂ ਉਹਨੂੰ ਢਾ ਕੇ ਅੱਜ 7 ਮੰਜ਼ਲੀ ਉੱਥੇ ਕੋਠੀ ਪਾਊਂ, ਐਨਸੈਸਟਰਲ ਹੋਮ ਨਹੀਂ। ਪਰ ਫਿਰ ਵੀ ਮੈਂ ਇਹ ਕਹਿਣਾ ਵੀ ਮੈਂ ਇਸ ਗੱਲ ਦੇ ਹੱਕ 'ਚ ਨਹੀਂ, ਔਰ ਮੈਂ ਉਸ ਗੱਲ ਦਾ ਦੀ ਵਿਰੋਧ ਤਾਂ ਕੀਤੀ ਆਪਣੇ ਫੈਨ ਪੇਜ ਜਿਹਨੂੰ ਮੈਂ ਕੰਟਰੋਲ ਨਹੀਂ ਕਰਦਾ, ਉਹਨੂੰ ਕਹਿੰਦਾ ਇਮੀਡੀਏਟ ਲਾਹੋ ਔਰ ਲਹਾਇਆ ਆਪ। ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਜਿੱਦਾਂ ਦੇ ਸਰਵੇਖਣ ਆ ਰਹੇ, ਹਾਲਾਂਕਿ ਪਤਾ ਨਹੀਂ ਉਹਨਾਂ ਦੀ ਭਰੋਸੇਯੋਗਤਾ ਕਿੰਨੀ ਕਾ ਵੀ ਜਿਹੜੀ ਗਵਰਨਮੈਂਟ ਬਣਨੀ ਆ ਉਹ ਮਨੋਰਿਟੀ ਗਵਰਨਮੈਂਟ ਬਣਨੀ ਆ। ਮਨੋਰਿਟੀ ਕਹਿੰਦੇ ਜੇ NDP ਨੇ ਲਿਬਰਲ ਦੇ ਨਾਲ ਹੀ ਰਲਣਾ ਤਾਂ ਫਿਰ ਵੋਟਾਂ ਸਿੱਧੀਆਂ ਲਿਬਰਲ ਨੂੰ ਪਾ ਦਿਓ। ਜਿਸ ਕਾਰਨ ਬਾਈ ਜੀ ਇਹ ਗੱਲ ਟਵਿਸਟ ਹੋਈ, ਜਾਂ CBC ਦੇ ਪੱਤਰਕਾਰ ਨੇ 14 ਵਾਲੀ ਰੈਲੀ ਦੇ ਵਿੱਚ ਜਾਂ 13 ਵਾਲੀ ਐਤਵਾਰ ਦੀ ਰੈਲੀ 'ਚ ਜਗਮੀਤ ਸਿੰਘ ਉਹਨਾਂ ਨੂੰ ਪੁੱਛ ਲਿਆ ਵੀ ਕੀ ਕਰੋਗੇ। ਉਹ ਕਹਿੰਦਾ ਮੈਂ ਕਲੀਅਰ ਕੀਤਾ ਵੀ ਕੰਜ਼ਰਵੇਟਿਵ ਨਾਲ ਤਾਂ ਮੈਂ ਜਾਣਾ ਹੀ ਹੈ ਨਹੀਂ, ਬਾਕੀ ਖੁੱਲ੍ਹੀ ਆ ਗੱਲ। ਹੁਣ ਪਹਿਲਾਂ ਤਾਂ ਦੋਨੇ ਦਾਅਵਾ ਕਰਦੇ ਸੀ, ਜਸਟਿਨ ਟਰੂਡੋ ਕਹਿੰਦਾ ਮੇਰੀ ਸਰਕਾਰ ਬਣਨੀ ਹੈ, ਸ਼ੀਅਰ ਕਹਿੰਦਾ ਮੇਰੀ ਬਣਨੀ ਹੈ, ਅਤੇ ਮਨੋਰਟੀ ਦੀ ਗੱਲ ਕਿੱਥੋਂ ਆ ਗਈ ਜੇ ਤੁਹਾਡੀਆਂ ਹੀ ਦੋਨਾਂ ਦੀਆਂ ਬਣਨੀਆਂ ਨੇ, ਫਿਰ ਰੌਲਾ ਕਿਹੜੀ ਗੱਲ ਦਾ। ਨਾਲੇ ਮੈਨੂੰ ਸਰੀ ਨਿਊਟਨ ਦਾ ਫਿਕਰ ਆ ਜੀ, ਆਟੋਵਾ ਦੇ ਵਿੱਚ ਲੀਡਰ ਸਾਹਿਬ ਨੇ ਕੀ ਕਰਨਾ, ਲੀਡਰ ਅਤੇ ਸੈਂਟਰਲ ਕਮਾਂਡ ਨੇ ਜਾਣਦਾ। ਮੈਨੂੰ ਤਾਂ ਹਾਈਵੇ 10 ਤੋਂ 88, 120 ਤੋਂ 144, ਇਹਦੇ ਵਿੱਚ ਕੀ ਹੋਇਆ, ਇਹਦੇ ਵਿੱਚ 20 ਵਰਿਆਂ 'ਚ ਕੀ ਹੋਇਆ, ਇੱਥੇ ਮੈਂ ਕੀ ਕਰਨਾ। ਮੇਰਾ ਮੁੱਦਾ ਉਹ ਹੈ, ਵੱਡਿਆਂ ਦੀਆਂ ਗੱਲਾਂ ਵੱਡੇ ਜਾਣਨ, ਮੈਂ ਆਪਣਾ ਕੰਮ ਕਰਨਾ। ਤੁਸੀਂ ਕੈਂਪੇਨ ਸ਼ੁਰੂ ਕੀਤੀ, ਇਸ ਵੇਲੇ ਇਹਨਾਂ 35-40 ਦਿਨਾਂ ਦੇ ਵਿੱਚ ਜਾਂ ਜਦੋਂ ਵੀ ਤੁਹਾਡੀ ਨੋਮੀਨੇਸ਼ਨ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕਿੱਥੇ ਕੁ ਪਹੁੰਚੇ ਹੋ ਜੀ? ਬਾਈ ਜੀ 30 ਜੂਨ ਨੂੰ ਆਪਾਂ ਨੋਮੀਨੇਟ ਹੋਏ, 15 ਜੁਲਾਈ ਨੂੰ ਮੈਂ ਡੋਰ ਨੌਕਿੰਗ ਸ਼ੁਰੂ ਕੀਤੀ। 15 ਜੁਲਾਈ ਤੋਂ 3 ਮਹੀਨੇ ਤੱਕ, ਜੇ ਕਹੀਏ 15 ਜੁਲਾਈ ਦੇ ਵਿੱਚ ਆਪਾਂ ਨੂੰ 15 ਜੁਲਾਈ ਨੂੰ ਕੋਈ ਨਹੀਂ ਸੀ ਜਾਣਦਾ ਵਿਰੋਧੀਆਂ ਦੇ ਕਹਿਣ ਮੁਤਾਬਕ, ਅੱਜ ਆਪਾਂ ਉੱਥੇ ਖੜ੍ਹੇ ਹਾਂ ਕਿ ਉਹ ਆਪਾਂ ਨੂੰ ਹੁਣ ਜਾਣਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਜਾਣਦੇ ਸੀ ਜੀ? ਨਹੀਂ, ਇੱਕ ਗਿੱਦੜ ਪਰਚੀ ਪਿਛਲੀ ਜੇਬ 'ਚੋਂ ਕੱਢ ਕੇ ਇੱਕ ਸਰਵੇਖਣ ਦਿਖਾਇਆ ਜਾਂਦਾ ਜੀ, ਮੈਂ 55 'ਤੇ ਹਾਂ ਅਤੇ ਹਰਪ੍ਰੀਤ 30 'ਤੇ ਆ, ਹਰਜੀਤ 17 'ਤੇ ਆ, ਉਹ 338 ਇੱਕ ਮਕਲੀਨ ਦੀ ਜਿਹੜੀ ਹੈ, ਅਤੇ ਉਹਦੇ ਥਰੂ ਜਾਂਦੇ ਸੀ। ਅੱਜ ਆਪਾਂ ਪਲੱਸ ਮਾਈਨਸ ਉੱਤੇ ਕਰਕੇ 37 'ਤੇ ਹਾਂ, 52 ਵਾਲੇ 38 'ਤੇ ਨੇ, ਕੱਲ੍ਹ ਦੀ ਇਹ ਆ ਮਕਲੀਨ ਦੀ। ਪਰ ਫਿਰ ਵੀ ਮੈਂ ਨੰਬਰਾਂ 'ਤੇ, ਬਾਈ ਜੀ ਪਲਸ ਤਾਂ ਇਹ ਆ ਜਿਹੜੇ ਮੈਂ ਕੰਮ ਨੂੰ ਤੁਰਿਆ, ਮੈਂ ਲੋਕਾਂ ਨੂੰ ਸਰਵ ਕਰਨਾ, ਲੋਕਾਂ ਨੂੰ ਸਰਵ ਦਾ ਸਲਵ ਕੀਤਾ। ਨਤੀਜੇ ਕੋਈ ਵੀ 21 ਤਰੀਕ ਨੂੰ, ਹੁਣ 22 ਤਰੀਕ ਨੂੰ ਹਰਜੀਤ ਸਿੰਘ ਲੋਕਾਂ ਦੇ ਲਈ ਖੜ੍ਹਾ ਹੋਊ, ਕਿਤੇ ਵੀ, ਚਾਹੇ ਆਟਵਾਨ ਨੂੰ ਭੇਜ ਦੇਣ, ਚਾਹੇ ਮਾਈਕ 'ਤੇ ਭੇਜ ਦੇਣ, ਉੱਥੇ ਹੀ ਫੇਰ ਆਪਾਂ। ਔਰ ਇਹਨਾਂ ਲਈ ਇਹਨਾਂ 35 ਦਿਨਾਂ 'ਚ ਬਾਈ ਜੀ, ਜਿਸ ਕਾਰਨ ਆਪਾਂ ਇਸ ਇੰਡਸਟਰੀ 'ਚ ਹਾਂ ਜਿਹਦੇ 'ਚ ਆਪਾਂ ਨੂੰ ਸਾਰੇ ਚਾਹੁਣ ਵਾਲੇ ਨਹੀਂ ਹੈ, ਅਗੇਂਸਟ ਵੀ ਨੇ। ਪਰ ਮੈਂ ਅੱਜ ਔਨ ਰੈਕਰਡ ਤੁਹਾਡੇ ਨਾਲ ਖੜ੍ਹ ਕੇ ਮਾਣ ਨਾਲ ਕਹਿ ਸਕਦਾ, ਮੈਂ ਇਸ ਭਾਈਚਾਰੇ ਦਾ ਦੇਣਾ ਆਪਣੀ ਤਾ ਉਮਰ ਨਹੀਂ ਦੇ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।